ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੋਲਜ ਵਿਲਾ ਉੱਪਰ ਬਹੁਤ ਸਵਾਗਤ ਹੈ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਰੀਜ਼ਨਿੰਗ ਦਾ ਪਾਰਟ 2 ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜਿਹੜੇ ਵੀ ਰਿਟਨ ਪੇਪਰ ਹੋਣੇ ਹਨ ਰੀਜ਼ਨਿੰਗ ਉਹਨਾਂ ਦਾ ਮਹੱਤਵਪੂਰਨ 파ਟ ਹੈ ਤਾਂ ਦੋਸਤੋ ਰੀਜ਼ਨਿੰਗ ਪਾਰਟ 1 ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅਲਫਾਬੈਟਸ ਦੇ ਨੰਬਰਸ ਕਿਵੇਂ ਯਾਦ ਰੱਖਣੇ ਹਨ ਜੇਕਰ ਕਿਸੇ ਨੇ ਰੀਜ਼ਨਿੰਗ ਪਾਰਟ 1 ਨਹੀਂ ਦੇਖਿਆ ਤਾਂ ਦੋਸਤੋ ਪਾਰਟ 1 ਦੇਖ ਸਕਦੇ ਹੋ ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਤਾਂ ਅੱਜ ਦੀ ਇਸ ਵੀਡੀਓ ਵਿੱਚ ਮੈਂ ਅਲਫਾਬੈਟ ਨੰਬਰਸ ਤੋਂ ਅੱਗੇ ਤੋਰਾਂਗਾ ਅਤੇ ਆਪਾਂ ਅਲਫਾਬੈਟਸ ਨੰਬਰ ਰਿਲੇਟਡ ਕੁਝ ਕੁਐਸਚਨਸ ਸੋਲਵ ਕਰਾਂਗੇ ਤਾਂ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜਿਹੜੇ ਵੀ ਨਵੇਂ ਵਿਊਅਰਸ ਸਾਡੇ ਨਾਲ ਜੁੜੇ ਹਨ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦੱਬੋ ਤਾਂ ਕਿ ਆਉਣ ਵਾਲੀਆਂ ਜੌਬਸ ਬਾਰੇ ਅਪਡੇਟ ਟਾਈਮ ਟੂ ਟਾਈਮ ਮਿਲਦੀ ਰਹੇ ਅਤੇ ਨਾਲ ਦੀ ਨਾਲ ਪੇਪਰਾਂ ਦੀ ਤਿਆਰੀ ਵੀ ਜੜੀ ਚੱਲਦੀ ਰਹੇ ਤਾਂ ਦੋਸਤੋ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ ਦੋਸਤੋ ਇੱਕ ਗੱਲ ਹੋਰ ਅਲਫਾਬੈਟ ਰਿਲੇਟਡ ਕੋਈ ਵੀ ਕੁਐਸਚਨ ਜਦੋਂ ਸੋਲਵ ਕਰਨਾ ਹੈ ਤਾਂ ਤੁਹਾਨੂੰ ਕੁਐਸਚਨ ਵਿੱਚ ਲੁਕਿਆ ਹੋਇਆ ਪੈਟਰਨ ਲੱਭਣਾ ਪਵੇਗਾ ਮਤਲਬ ਕੁਐਸਚਨ ਸਟੇਟਮੈਂਟ ਵਿੱਚ ਕਿ ਜਿਹੜੇ ਅੱਗੇ ਰਿਵਰਸ ਜਾ ਰਹੇ ਹਨ ਜਿਹੜੇ ਅਲਫਾਬੈਟ ਲੈਟਰਸ ਨੇ ਰਿਵਰਸ ਜਾ ਰਹੇ ਹਨ ਜਾਂ ਫਿਰ ਜਿਹੜੇ ਫੋਰਵਰਡ ਜਾ ਰਹੇ ਹਨ ਮਤਲਬ ਕਿ ਜਿਹੜੇ ਨੰਬਰਸ ਪਲੱਸ ਹੋ ਰਹੇ ਹਨ ਜਾਂ ਫਿਰ ਮਾਈਨਸ ਹੋ ਰਹੇ ਹਨ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਤਾਂ ਤਾਂ ਦੋਸਤੋ ਜਦੋਂ ਵੀ ਤੁਸੀਂ ਲਗਾਤਾਰ ਪ੍ਰੈਕਟਿਸ ਕਰਦੇ ਰਹੋਗੇ ਤਾਂ ਤੁਹਾਡੇ ਦਿਮਾਗ ਵਿੱਚ ਇਹ ਸਾਰੇ ਜਿਹੜੇ ਟੌਪਿਕਸ ਨੇ ਬੈਠ ਜਾਣਗੇ ਅਤੇ ਤੁਸੀਂ ਆਸਾਨੀ ਨਾਲ ਪੇਪਰ ਵਿੱਚ ਇਸ ਨੂੰ ਸੋਲਵ ਕਰ ਸਕਦੇ ਹੋ ਤਾਂ ਦੋਸਤੋ ਆਪਾਂ ਪਹਿਲਾ ਕੁਐਸਚਨਸ ਦੇ ਕੁਐਸਚਨ ਦੇਖਦੇ ਹਾਂ ਤਾਂ ਪਹਿਲਾ ਕੁਐਸਚਨ ਕੀ ਹੈ ਜੀ ਇੱਥੇ ਇਹਨਾਂ ਨੇ ਇੱਕ ਲੈਟਰ ਸੀਰੀਜ਼ ਦਿੱਤੀ ਹੈ ਜਿਸ ਵਿੱਚ ਦੱਸਿਆ ਹੈ ਕਿ C E H L Q ਅਤੇ ਕੁਐਸਚਨ ਮਾਰਕਸ ਤੇ ਜੋ ਨਿਸ਼ਾਨ ਤੇ ਇਸ ਵਿੱਚ ਕੀ ਆਵੇਗਾ ਠੀਕ ਹੈ ਜੀ ਤੇ ਤੁਸੀਂ ਜਦੋਂ ਵੀ ਸੋਲਵ ਕਰਨਾ ਹੈ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਤੁਸੀਂ ਜਿਹੜੇ ਅਲਫਾਬੈਟ ਲੈਟਰਸ ਦੇ ਜਿਹੜੇ ਨੰਬਰ ਕਿਵੇਂ ਯਾਦ ਰੱਖਣੇ ਹਨ ਤਾਂ ਦੋਸਤੋ C ਦਾ ਹੋ ਗਿਆ 3 E ਦਾ ਹੋ ਗਿਆ 5 E ਤੋਂ ਤੁਸੀਂ ਯਾਦ ਰੱਖਣਾ ਸੀ ਈਵਨਿੰਗ ਈਵਨਿੰਗ ਦਾ ਜਿਹੜੀ ਸ਼ਾਮ 5 ਵਜੇ ਹੁੰਦੀ ਹੈ ਠੀਕ ਹੈ ਜੀ E ਦਾ 5 ਨੰਬਰ ਹੋ ਗਿਆ ਅਤੇ H ਦਾ ਹੋ ਗਿਆ ਜੀ ਹੇਟ ਹੇਟ 8 ਠੀਕ ਹੈ ਜੀ ਹੇਟ 8 ਤੋਂ ਤੁਸੀਂ H ਦਾ ਯਾਦ ਰੱਖਣਾ ਸੀ ਲਵ ਲਵ ਦਾ ਤੁਸੀਂ L ਤੋਂ ਲਵ ਲਵ ਦਾ 12 ਠੀਕ ਹੈ ਲਵ ਦਾ 12 ਨੰਬਰ ਹੋ ਗਿਆ ਕੁਇਨ ਕੁਇਨ ਦਾ ਹੋ ਗਿਆ ਜੀ ਜਿਹੜਾ 17 ਨੰਬਰ ਠੀਕ ਹੈ ਕਿਉਂਕਿ P ਦਾ ਨੰਬਰ 16 ਹੁੰਦਾ ਹੈ ਜਾਨੀ ਕਿ ਪ੍ਰਿੰਸਸ 16 ਅਤੇ ਜਿਹੜੀ ਪ੍ਰਿੰਸਸ 17 ਸਾਲ ਦੀ ਉਮਰ 'ਚ ਜਿਹੜੀ ਕੁਇਨ ਬਣ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਜਿਹੜਾ 358 12 17 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਗਏ ਤੇ ਤੁਸੀਂ ਇਸ ਨੂੰ ਠੀਕ ਹੈ ਜੀ ਆ ਰਿਹਾ ਜੀ 358 12 17 ਤੇ ਹੁਣ ਇੱਥੇ ਕੁਐਸਚਨ ਮਾਰਕਸ ਤੇ ਆਪਾਂ ਲਿਖਣਾ ਦੱਸਣਾ ਹੈ ਕਿ ਇੱਥੇ ਕੀ ਆਏਗਾ ਇਸ ਦੇ ਆਪਸ਼ਨ ਹਨ ਇੱਕ ਪਹਿਲਾ ਆਪਸ਼ਨ ਆ ਰਿਹਾ ਹੈ ਦੂਸਰਾ W ਤੀਸਰਾ U ਤੇ ਚੌਥਾ x ਠੀਕ ਹੈ ਜੀ ਹੁਣ ਆਪਾਂ ਇਸ ਦਾ ਪੈਟਰਨ ਲੱਭਦੇ ਹਾਂ ਇਸ ਵਿੱਚ ਕੀ ਜਿਹੜਾ ਪਲੱਸ ਹੋ ਰਿਹਾ ਜਾਂ ਮਾਈਨਸ ਹੋ ਰਿਹਾ ਤਾਂ ਦੋਸਤੋ ਇਸ ਇਥੇ 2 ਪਲੱਸ ਹੋ ਰਹੇ ਹਨ ਠੀਕ ਹੈ ਜੀ ਇੱਥੇ ਪਲੱਸ ਹੋ ਰਿਹਾ ਜੀ 3 ਠੀਕ ਹੈ ਜੀ ਤੇ 3 2 5 5 ਤੇ 3 8 8 ਤੇ ਪਲੱਸ 4 12 12 5 17 ਠੀਕ ਹੈ ਜੀ ਇਸ ਦਾ ਮਤਲਬ ਜਿਹੜਾ ਇੱਕ ਇੱਕ ਜਿਹੜਾ ਪਲੱਸ ਹੋ ਰਿਹਾ ਹੈ ਜੀ ਇਹਦੇ ਵਿੱਚ 2 1 3 3 1 4 4 1 5 ਠੀਕ ਹੈ ਜੀ ਇਸੇ ਤਰ੍ਹਾਂ ਇੱਥੇ ਇੱਕ ਪਲੱਸ ਹੋਵੇਗਾ ਇੱਥੇ ਜਾਨੀ ਕਿ 6 ਆ ਜਾਏਗਾ ਠੀਕ ਹੈ ਜੀ ਇੱਥੇ ਹੁਣ 5 ਇੱਥੇ 5 ਸੀਗੇ 12 5 17 ਹੁਣ 17 ਤੇ 6 23 ਇੱਥੇ ਆ ਜਾਵੇਗਾ 23 ਠੀਕ ਹੈ ਜੀ 23 ਤੋਂ ਹੁਣ ਤੁਸੀਂ ਦੇਖਣਾ ਹੈ 23 ਤੇ ਕਿਹੜਾ ਜਿਹੜਾ ਆਪਣਾ ਅਲਫਾਬੈਟ ਲੈਟਰ ਹੁੰਦਾ ਇੱਥੇ ਆਉਂਦਾ ਹੈ ਜੀ ਡਬਲ ਯੂ ਠੀਕ ਹੈ ਜੀ ਡਬਲਯੂ ਯਾਦ ਰੱਖਣ ਦਾ ਤਰੀਕਾ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜਾ 23 ਦਾ 3 ਹੈ ਤਿੰਨ ਹੈ ਇਸ ਨੂੰ ਜਦੋਂ ਆਪਾਂ ਉਲਟਾ ਕਰਕੇ ਲਿਖਦੇ ਹਾਂ ਤਾਂ ਇਦਾਂ ਜਿਹੜਾ ਡਬਲਯੂ ਬਣ ਜਾਂਦਾ ਹੈ ਤੁਸੀਂ ਇੱਥੋਂ ਇਹ ਯਾਦ ਰੱਖਣਾ ਹੈ ਤਾਂ ਸੈਕਿੰਡ ਆਪਸ਼ਨ ਡਬਲਯੂ ਇਸ ਦਾ ਸਹੀ ਆਨਸਰ ਹੈ ਦੋਸਤੋ ਨੈਕਸਟ ਜਿਹੜਾ ਕੁਐਸਚਨ ਦੇਖਦੇ ਹਾਂ ਦੋਸਤੋ ਤੁਸੀਂ ਜਿਵੇਂ ਜਿਵੇਂ ਪ੍ਰੈਕਟਿਸ ਕਰਦੇ ਜਾਉਂਗੇ ਤੁਹਾਨੂੰ ਹਰ ਇੱਕ ਟਾਈਪ ਦੇ ਕੁਐਸਚਨ ਸਮਝ ਆਉਂਦੇ ਜਾਣਗੇ ਤੇ ਮੈਂ ਤੁਹਾਨੂੰ ਇੱਥੇ ਸਿਰਫ ਐਗਜ਼ਾਮਪਲਸ ਲਈ ਹੀ ਸਮਝਾ ਰਿਹਾ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਕੁਐਸਚਨਸ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਤਾਂ ਦੋਸਤੋ ਦੂਸਰਾ ਕੁਐਸਚਨ ਇਹ ਹੈ ਕਿ A D G J J M ਤੇ ਕੁਐਸਚਨ ਮਾਰਕਸ ਤੇ ਕੀ ਆਉਣਾ ਹੈ ਤੇ ਆਪਾਂ ਇੱਥੇ ਪਹਿਲਾਂ ਦੇਖ ਲਈਏ A D G ਇਸ ਦਾ A ਦਾ ਨੰਬਰ ਹੋ ਗਿਆ ਜੀ 1 D ਦਾ ਹੋ ਗਿਆ 4 ਜੀ ਜੀ ਤੋਂ ਗਵਰਨਮੈਂਟ ਗਵਰਨਮੈਂਟ ਦਾ 7 ਠੀਕ ਹੈ ਜੀ 147 ਨੈਕਸਟ ਹੈ ਜੀ ਜੇ ਐਮ ਜੀ ਦਾ 7 ਜੇ ਦਾ 10 ਜੋਕਰ 10 ਤੇ ਐਮ ਦਾ ਮਿਡ 13 ਕਿਉਂਕਿ ਐਮ ਜਿਹੜਾ ਆ ਆਪਣਾ ਲੈਟਰ ਦਾ ਜਿਹੜਾ ਮਿਡ ਪੁਆਇੰਟ ਹੁੰਦਾ ਹੈ ਠੀਕ ਹੈ ਜੀ 13 26 ਲੈਟਰ ਹੁੰਦੇ ਆ ਤੇ ਐਮ ਜਿਹੜਾ ਇਰਵੇਂ ਨੰਬਰ ਤੇ ਆਉਂਦਾ ਹੈ ਤੇ ਨੈਕਸਟ ਕੁਐਸਚਨ ਮਾਰਕਸ ਤੇ ਜਿਹੜਾ ਕੀ ਆਉਣਾ ਹੈ ਆਪਾਂ ਦੇਖਦੇ ਹਾਂ ਇੱਥੇ ਆਪਸ਼ਨ ਦਿੱਤੇ ਹਨ ਐਨਓਟੀ ਬੀਐਮਓ ਕਯੂ ਸੀਐਮਪੀਐਸ ਤੇ ਡੀਡਬਲਯੂਟੀਓ ਠੀਕ ਹੈ ਜੀ ਆਪਾਂ ਨੈਕਸਟ ਹੁਣ ਦੇਖਦੇ ਹਾਂ ਕਿ ਇਹਨਾਂ ਦਾ ਜਿਹੜਾ ਪੈਟਰਨ ਕੀ ਚੱਲ ਰਿਹਾ ਹੈ ਤਾਂ ਦੋਸਤੋ ਇੱਥੇ ਪੈਟਰਨ ਚੱਲ ਰਿਹਾ ਹੈ 1 10 4 10 ਠੀਕ ਹੈ ਜੀ ਹੁਣ ਨੈਕਸਟ ਜਿਹੜੀ ਇੱਥੇ ਜੀ ਐਜ਼ ਇਟ ਇਜ਼ ਇਹਨਾਂ ਨੇ ਨੈਕਸਟ ਜਿਹੜੀ ਸਟੇਟਮੈਂਟ ਦੇ ਵਿੱਚ ਇੱਥੇ ਲੈ ਲਈ ਹੈ ਤੇ ਜੀ ਇੱਥੇ ਨੈਕਸਟ ਆਪਾਂ ਐਜ਼ ਇਟ ਇਜ਼ ਲੈ ਦੇਣੀ ਹੈ ਤੇ 7 3 3 ਠੀਕ ਹੈ ਜੀ 10 10 ਹੋ ਰਿਹਾ ਇੱਥੇ ਤੇ ਹੁਣ ਨੈਕਸਟ ਆਪਾਂ ਇੱਥੇ ਐਮ ਐਜ਼ ਇਟ ਇਜ਼ ਲੈ ਲੈਣੀ ਹੈ ਠੀਕ ਹੈ ਜੀ ਐਮ ਐਜ਼ ਇਟ ਇਜ਼ ਲਿਖ ਦਿੱਤੀ ਤੇ ਨੈਕਸਟ ਜਦੋਂ ਆਪਾਂ 13 ਨੰਬਰ ਦੇ ਵਿੱਚ ਪਲੱਸ 3 ਕੀਤਾ ਤੇ ਇੱਥੇ 16 16 ਨੰਬਰ ਆ ਜਾਣਾ ਹੈ ਤੇ 16 ਨੰਬਰ ਤੇ ਪੀ ਹੁੰਦਾ ਹੈ ਠੀਕ ਹੈ ਜੀ ਪ੍ਰਿੰਸਸ 16 ਠੀਕ ਹੈ ਜੀ ਨੈਕਸਟ ਫਿਰ ਪਲੱਸ 3 ਕਰਦੇ ਨੇ ਇੱਥੇ 19 ਆ ਜਾਣਾ ਜੀ ਜਿਹੜਾ 19 ਹੈ ਇੱਥੇ ਐਸ ਆਏਗਾ ਸਵੀਟ 19 ਠੀਕ ਹੈ ਜੀ ਇਸ ਹਿਸਾਬ ਨਾਲ ਜਿਹੜਾ ਐਮ ਪੀ ਐਸ ਬਣ ਜਾਵੇਗਾ ਤੇ ਜਿਹੜਾ ਆਪਣਾ ਸੀ ਆਪਸ਼ਨ ਹੈ ਇਸ ਦਾ ਸਹੀ ਉੱਤਰ ਹੋਵੇਗਾ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਇੱਕ ਨਵੇਂ ਟਾਈਪ ਦਾ ਕੁਐਸਚਨ ਹੈ ਇੱਥੇ ਇਹਨਾਂ ਨੇ ਲਿਖਿਆ ਹੈ ਜੀ ਬੁਆਏ ਦੇ ਅੱਗੇ ਜਿਹੜਾ 42 ਗਰਲ ਦੇ ਅੱਗੇ ਜਿਹੜਾ 46 ਤਾਂ ਦੋਸਤੋ ਇਹ ਜਿਹੜੀ ਇਸ ਵਿੱਚ ਜਿਹੜਾ ਪੈਟਰਨ ਚੱਲ ਰਿਹਾ ਹੈ ਪਲੱਸ ਵਾਲਾ ਪੈਟਰਨ ਚੱਲ ਰਿਹਾ ਹੈ ਦੇਖਿਓ ਧਿਆਨ ਨਾਲ ਦੇਖਿਓ ਬாய் ਬாய் ਦਾ ਬੀ ਦਾ ਹੋ ਗਿਆ ਜੀ 2 ਓ ਦਾ ਹੋ ਗਿਆ ਜੀ 15 ਤੇ ਵਾਈ ਦਾ ਹੋ ਗਿਆ 25 ਠੀਕ ਹੈ ਜੀ ਜਦੋਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ 15 25 ਤੇ 2 ਇਸ ਨੂੰ ਪਲੱਸ ਕਰਾਂਗੇ 5 ਤੇ 5 10 10 ਤੇ 2 12 ਤੇ 2 ਤੇ 2 4 42 ਠੀਕ ਹੈ ਜੀ ਇਹ ਪਲੱਸ ਹੋ ਕੇ 42 ਇਸ ਤਰ੍ਹਾਂ ਬਣਿਆ ਹੈ ਤੇ ਨੈਕਸਟ ਜੋ ਗਰਲ ਦਾ ਹੈ ਜੀ ਦਾ ਹੋ ਗਿਆ ਜੀ 7 ਆਈ ਦਾ 9 ਆਰ ਦਾ 18 ਤੇ ਐਲ ਦਾ 12 ਠੀਕ ਹੈ ਜੀ ਤੇ ਆਪਾਂ ਜੀ ਜਦੋਂ ਇਸ ਨੂੰ ਪਲੱਸ ਕਰਾਂਗੇ 8 ਤੇ ਤੋਂ 10 ਤੇ 19 19 ਤੇ 7 26 ਠੀਕ ਹੈ ਜੀ ਇਹ ਟੋਟਲ 46 ਆ ਜਾਏਗਾ ਇੱਥੇ ਇਹਨਾਂ ਨੇ 46 ਦਿੱਤਾ ਹੈ ਇੱਥੇ ਦੱਸਣਾ ਹੈ ਜੀ ਸੰਨ ਦਾ ਜਿਹੜਾ ਕੀ ਟੋਟਲ ਆਏਗਾ ਤੇ ਇੱਥੇ ਆਪਸ਼ਨ ਨੇ 49 50 48 ਤੇ 52 ਠੀਕ ਹੈ ਜੀ ਜਦੋਂ ਆਪਾਂ ਸੰਨ ਨੂੰ ਲਿਖਾਂਗੇ ਸਵੀਟ 19 ਉਹ ਹੋ ਗਿਆ ਜੀ 15 ਨੋਟੀ 40 ਯਾਨੀ ਕਿ 14 ਠੀਕ ਹੈ ਜੀ ਜਦੋਂ ਆਪਾਂ ਇਸ ਨੂੰ ਸਾਰਿਆਂ ਨੂੰ ਜਮ੍ਹਾਂ ਕਰ ਦਿੰਨੇ ਆ ਨਾ 5 ਤੇ 4 9 ਤੇ 9 18 ਠੀਕ ਹੈ ਜੀ 48 ਆ ਗਿਆ ਜੀ ਇਸ ਦਾ ਮਤਲਬ ਜਿਹੜਾ 3rd ਆਪਸ਼ਨ ਹੈ 48 ਇਸ ਦਾ ਸਹੀ ਆਨਸਰ ਹੈ ਦੋਸਤੋ ਇੱਕ ਹੋਰ ਟਾਈਪ ਦਾ ਕੁਐਸਚਨ ਆ ਗਿਆ ਜੀ ਜਿਸ ਜਿਸ ਦੇ ਬਾਰੇ ਆਪਾਂ ਪੜ੍ਹਦੇ ਆ C3 E6 ਠੀਕ ਹੈ ਜੀ G12 I24 K48 ਠੀਕ ਹੈ ਇਸ ਵਿੱਚ ਆਪਾਂ ਜਿਹੜਾ ਲੁਕਿਆ ਪੈਟਰਨ ਉਹ ਲੱਭਣਾ ਹੈ ਅਤੇ ਨਾਲ ਦੀ ਨਾਲ ਇੱਥੇ ਆਪਸ਼ਨ ਦਿੱਤੇ ਹੋਏ ਹਨ S48 BL96 CM96 ਜਿਹੜਾ D ਆਪਸ਼ਨ ਹੈ O48 ਠੀਕ ਹੈ ਜੀ ਇੱਥੇ ਆਪਾਂ ਜਿਹੜੇ ਆਪਸ਼ਨ ਜਿਹੜੇ ਲੁਕਿਆ ਹੋਇਆ ਪੈਟਰਨ ਦੇਖ ਲੈਣੇ ਆ C ਤੋਂ ਬਾਅਦ C ਦਾ ਨੰਬਰ ਹੋ ਗਿਆ ਜੀ 3 ਠੀਕ ਹੈ ਜੀ E ਦਾ ਹੋ ਗਿਆ 5 G government 7 I know 9 Kings 11 ਇਸ ਦਾ 11 11 ਨੰਬਰ ਹੋ ਗਿਆ ਜੀ ਠੀਕ ਹੈ ਜੀ ਮਤਲਬ 3 5 7 9 11 ਠੀਕ ਹੈ ਇੱਥੇ ਜਿਹੜਾ ਕੁਐਸਚਨ ਮਾਰਕ ਹੈ ਤੇ C E G I K ਠੀਕ ਹੈ ਜੀ ਇੱਥੇ ਹੁਣ ਤੁਸੀਂ ਦੇਖਣਾ ਹੈ +2 3 +2 5 5 +2 7 +2 9 +2 11 ਠੀਕ ਹੈ ਜੀ ਇਹ ਇਦਾਂ ਜਿਹੜੀ ਸੀਰੀਜ਼ ਚੱਲ ਰਹੀ ਹੈ ਪਲੱਸ ਦੇ ਅਕੋਰਡਿੰਗ ਠੀਕ ਹੈ ਨੈਕਸਟ ਇੱਥੇ ਆਏਗਾ ਜੀ +2 11 ਤੇ 2 13 11 ਤੇ 2 13 13 ਜਿਹੜਾ ਨੰਬਰ ਹੁੰਦਾ ਐਮ ਦਾ ਹੁੰਦਾ ਮਿਡ 13 ਠੀਕ ਹੈ ਜੀ ਜਿਹੜਾ ਮਿਡਲ ਤੇ ਆ ਜਾਂਦਾ ਹੈ ਲੈਟਰ ਐਮ ਠੀਕ ਹੈ ਜੀ ਤੇ ਹੁਣ ਇਸ ਦੇ ਅੱਗੇ ਜਿਹੜਾ ਆਪਾਂ ਦੇਖ ਲਈ ਆ ਜਿਹੜੀ ਨੰਬਰ ਸੀਰੀਜ਼ ਚੱਲ ਰਹੀ ਹੈ ਕਿਸ ਅਕੋਰਡਿੰਗ ਚੱਲ ਰਹੀ ਹੈ ਠੀਕ ਹੈ ਜੀ 3 6 12 24 ਤੇ 48 ਠੀਕ ਹੈ ਜੀ ਇਹ ਹੁਣ ਇੱਥੇ ਚੱਲ ਰਹੀ ਸੀ 3 ਇੰਟੂ 2 ਜਣ ਕੇ 3 2 3 2 6 6 2 12 12 2 24 24 2 48 ਠੀਕ ਹੈ ਜੀ ਤੇ ਨੈਕਸਟ ਆਏਗਾ 48 2 ਠੀਕ ਹੈ ਜੀ 48 2 ਆਪਾਂ ਜਦੋਂ ਇਸ ਨੂੰ ਸੋਲਵ ਕੀਤਾ ਤੇ 96 ਆਏਗਾ ਠੀਕ ਹੈ ਜੀ ਤੇ ਇਸ ਦਾ ਮਤਲਬ m 96 ਆਏਗਾ ਜਿਹੜਾ ਸੀ ਆਪਸ਼ਨ ਐਮ 96 ਇਸ ਦਾ ਸਹੀ ਉੱਤਰ ਹੋਵੇਗਾ ਇੱਕ ਹੋਰ ਕੁਐਸਚਨ ਨੈਕਸਟ ਦੇਖ ਲਈਏ ਜੀ ਨੈਕਸਟ ਟਾਈਪ ਦਾ ਕੁਐਸਚਨ ਏ ਈ ਆਈਓ ਠੀਕ ਹੈ ਜੀ ਇੱਥੇ ਹੁਣ ਤੁਸੀਂ ਇਹ ਅਲੱਗ ਹੀ ਟਾਈਪ ਦਾ ਕੁਐਸਚਨ ਹੈ ਤੁਸੀਂ ਇੱਥੇ ਦੇਖ ਲੈਣੇ ਆ ਇਸ ਵਿੱਚ ਕੀ ਪੈਟਰਨ ਚੱਲ ਰਿਹਾ ਹੈ ਇਸ ਦੇ ਆਪਸ਼ਨ ਹਨ A P B R C U ਤੇ D L ਠੀਕ ਹੈ ਜੀ ਜਦੋਂ A ਦਾ ਹੋ ਗਿਆ ਜੀ 1 E ਦਾ ਹੋ ਗਿਆ 5 I ਦਾ 9 O ਦਾ 15 ਠੀਕ ਹੈ ਜੀ O ਦਾ 15 ਠੀਕ ਹੈ ਜੀ ਹੁਣ ਆਪਾਂ ਦੇਖ ਲੈਂਦੇ ਆ ਇਹਦੇ ਵਿੱਚ ਕਿਹੜਾ ਆਪਸ਼ਨ ਚੱਲ ਕਿਹੜਾ ਪੈਟਰਨ ਚੱਲ ਰਿਹਾ 1 4 5 4 9 9 6 ਠੀਕ ਹੈ ਜੀ ਇੱਥੇ ਹੁਣ ਆਪਾਂ ਨੂੰ ਕੋਈ ਵੀ ਪੈਟਰਨ ਜਿਹੜਾ ਸਹੀ ਨਹੀਂ ਲੱਗ ਰਿਹਾ ਇਸ ਤੋਂ ਕੋਈ ਵੀ ਪੈਟਰਨ ਆਪਾਂ ਨੂੰ ਕੋਈ ਕਲੀਅਰ ਨਹੀਂ ਹੋ ਰਿਹਾ ਤਾਂ ਦੋਸਤੋ ਇਹ ਜਿਹੜਾ ਇਹਨਾਂ ਨੇ ਜਦੋਂ ਵੀ ਕੋਈ ਜਿਹੜਾ ਐਗਜ਼ਾਮ ਪਾਉਂਦਾ ਹੈ ਲੈਟਰ ਸੀਰੀਜ਼ ਦੇ ਅਕੋਰਡਿੰਗ ਆਪਾਂ ਨੂੰ ਜਿਹੜਾ ਐਗਜ਼ਾਮੀਨਰ ਹੈ ਨਾ ਕਨਫਿਊਜ਼ ਕਰ ਦਿੰਦਾ ਹੈ ਤਾਂ ਦੋਸਤੋ ਇਸ ਵਿੱਚ ਕੋਈ ਵੀ ਪੈਟਰਨ ਪੈਟਰਨ ਨਹੀਂ ਲੱਗੇਗਾ ਆਪਾਂ ਥੋੜਾ ਜਿਹਾ ਦਿਮਾਗ ਲਾਈਏ ਤਾਂ ਜਿਹੜੇ ਇਹ ਵਵਲਸ ਦੀ ਸੀਰੀਜ਼ ਚੱਲ ਰਹੀ ਹੈ ਕਿਉਂਕਿ A E I O U ਆਏਗਾ ਠੀਕ ਹੈ ਜੀ ਵਵਲਸ ਹੁੰਦੇ ਨੇ ਜਿਹੜੇ ਇੰਗਲਿਸ਼ ਦੇ ਵਿੱਚ ਉਹ ਜਿਹੜੇ ਇਹਨਾਂ ਦੀ ਸੀਰੀਜ਼ ਚੱਲ ਰਹੀ ਹੈ A E I O U ਤਾਂ ਇੱਥੇ ਜਿਹੜਾ ਕੁਐਸਚਨ ਮਾਰਕਸ ਦੇ U ਆਏਗਾ ਯਾਨੀ ਕਿ C ਆਪਸ਼ਨ U ਇਸ ਦਾ ਸਹੀ ਆਨਸਰ ਹੋਵੇਗਾ ਤਾਂ ਦੋਸਤੋ ਮੈਂ ਹੋਰ ਲੈਟਰ ਸੀਰੀਜ਼ ਦੇ ਕੁਐਸਚਨ ਤੁਹਾਨੂੰ ਨੈਕਸਟ ਵੀਡੀਓ ਵਿੱਚ ਜਿਹੜਾ ਪ੍ਰੈਕਟਿਸ ਕਰਵਾਵਾਂਗਾ ਤਦ ਤੱਕ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਬਨੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ